ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਗਾਇਕ ਰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ। ਸੋ ਅੱਜ ਅਸੀਂ ਸਾਰੇ ਭਰਾ ਇੱਥੇ ਇਕੱਠੇ ਹੋਏ ਹਾਂ। ਇਹ ਉਹ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਧੀਆਂ ਭੈਣਾਂ ਨੇ ਅਤੇ ਉਹ ਆਪਣੇ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਜਾਣਦੇ ਨੇ, ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਕੀ ਸੁਣਨਾ ਹੈ ਕੀ ਨਹੀਂ। ਅੱਜ ਕਿਸੇ ਵੀ ਮੇਲੇ 'ਚ, ਅੱਜ ਕਿਸੇ ਵੀ ਕਸਬੇ 'ਚ, ਕਿਸੇ ਵੀ ਪਿੰਡ 'ਚ ਚਲੇ ਜਾਈਏ, ਹਰ ਜਗ੍ਹਾ 'ਚ ਸਾਨੂੰ ਇਹ ਲੋਕ ਮਿਲਦੇ ਨੇ। ਸੋ ਮੈਂ ਜੋ ਵੀ ਗਾਉਂਦਾ, ਅਸੀਂ ਦੋਵੇਂ ਭਰਾ ਗਾਉਂਦੇ ਹਾਂ, ਇਹਨਾਂ ਕਰਕੇ ਗਾਉਂਦੇ ਹਾਂ। ਪਰ ਜਿਹੜੇ ਵਿੱਚ ਕੁਝ ਸਾਡੇ ਪੰਜਾਬ ਵੀ ਸੱਭਿਆਚਾਰ ਨੂੰ ਅਤੇ ਸਾਡੇ ਵਿਰਸੇ ਨੂੰ ਜਿਹੜੇ ਲੋਕ ਖਰਾਬ ਕਰ ਰਹੇ ਨੇ, ਹੁਣ ਅਸੀਂ ਹਮੇਸ਼ਾ ਦੀ ਉਹਨਾਂ ਦੀ ਗੱਲ ਕੀਤੀ ਹੈ ਕਿ ਜਿਹੜਾ ਸਾਡਾ ਇਹ ਧਰਤੀ ਹੈ, ਬਾਬੇ ਨਾਨਕ ਦੀ ਧਰਤੀ ਹੈ, ਇੱਥੇ ਉਹਦੀ ਬਾਣੀ ਇਹਨਾਂ ਪਾਣੀਆਂ ਦੇ ਵਿੱਚ ਵਸੀ ਹੈ। ਸੋ ਐਲੀ ਮਾਂਗਟ ਵਰਗੇ ਜਿਹੜੇ ਕਲਾਕਾਰ ਨਹੀਂ, ਉਹ ਗਰਕਕਾਰ ਨੇ, ਕਿਉਂਕਿ ਕਲਾਕਾਰ ਉਸਨੂੰ ਕਿਹਾ ਜਾਂਦਾ ਹੈ ਜਿਹਦੇ 'ਚ ਕਲਾ ਹੋਵੇ। ਅਤੇ ਇਹ ਲੋਕ ਨਾ ਇਹਨਾਂ ਕੋਈ ਗਾਇਕੀ ਹੈ ਨਾ ਕੁਝ ਹੈ। ਮੈਂ ਕਲਾਕਾਰਾਂ ਖਿਲਾਫ਼ ਬੋਲਣਾ ਛੱਡਿਆ ਸੀ, ਪਰ ਜਦੋਂ ਮੈਂ ਇਹਦੀਆਂ ਵੀਡੀਓ ਵੇਖੀਆਂ, ਫਿਰ ਮੈਂ ਅੱਕ ਕੇ ਸਟੇਜ ਦੇ ਉੱਪਰ ਬੋਲਿਆ ਕਿ ਇਹ ਲੋਕਾਂ ਨੂੰ ਦੱਸਾਂ ਕਿ ਕਿੰਨੇ ਨਸ਼ੇ ਅਤੇ ਕਿੰਨੀਆਂ ਹਥਿਆਰਾਂ ਨੂੰ ਪ੍ਰਮੋਟ ਕਰ ਰਿਹਾ ਹੈ। ਪਰ ਜਦੋਂ ਕਹਿੰਦੇ ਕਿ ਸੱਚੀ ਗੱਲ ਕਰੀਏ, ਹਰ ਇੱਕ ਨੂੰ ਚੁੱਭਦੀ ਹੈ। ਅਤੇ ਇਸ ਮੇਰੇ ਵੀਰ ਨੇ ਬੜੀ ਵਧੀਆ ਗੱਲ ਕੀਤੀ ਕਿ ਆਪ ਕਿਤੇ ਬੈਠਾ ਹੈ, ਖੂਨ ਕਿਸੇ ਕੋਲ ਕਰਾਉਂਦਾ ਹੈ, ਇਹਨਾਂ ਨੂੰ ਸੂਰਮੇ ਕਹਿੰਦੇ ਨੇ। ਅਸਲ 'ਚ ਇਹ ਸੂਰਮੇ ਨੇ ਜਿਹੜੇ ਪਿੱਛੇ ਸ਼ਹਾਦਤਾਂ ਪਾ ਗਏ, ਉਹ ਸੂਰਮੇ ਨਹੀਂ। ਸੂਰਮੇ ਇਹ ਨੇ ਜਿਹੜੇ ਕਿਸੇ ਦੇ ਮੋਢੇ 'ਤੇ ਰੱਖ ਕੇ ਚਲਾਉਂਦੇ ਨੇ। ਸੋ ਕਿਸੇ ਕੋਲ ਫੋਨ ਕਰਾਉਂਦਾ ਹੈ, ਪਤਾ ਨਹੀਂ ਕੋਈ ਬਿੰਦੀ ਹੈ, ਪਤਾ ਨਹੀਂ ਕੌਣ ਹੈ ਕਿ ਭਾਈ ਤੁਹਾਨੂੰ ਮਾਰ ਦੇਵਾਂਗੇ। ਵੀਰੇ, ਐਡਾਂ ਦੀਆਂ ਧਮਕੀਆਂ ਸਾਨੂੰ ਰੋਜ਼ ਆਉਂਦੀਆਂ ਨੇ। ਕਹਿੰਦੇ ਨੇ ਕਿ ਸੇਵਾ ਦੇਸ਼ ਦੀ ਜ਼ਿੰਦੜੀ ਹੈ, ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਅਤੇ ਬਾਕੀ ਜਿਹੜੇ ਬੰਦੇ ਇਹਦਾ ਸਾਥ ਦੇ ਰਹੇ ਨੇ, ਤੁਹਾਡੇ ਵਿੱਚ ਇੱਕ ਅਣਖ ਨਾਂ ਦੀ ਚੀਜ਼ ਹੈ ਹੀ ਨਹੀਂ, ਤੁਸੀਂ ਕਿਸੇ ਗਿਣਤੀ 'ਚ ਨਹੀਂ ਆਉਂਦੇ। ਜੇ ਤੁਹਾਡੀ ਜ਼ਮੀਰ ਜਾਗਦੀ ਹੁੰਦੀ ਤਾਂ ਤੁਸੀਂ ਇਹਦੇ ਗੀਤ ਨਾ ਸੁਣਦੇ, ਅਤੇ ਤੁਸੀਂ ਨਾ ਸਾਨੂੰ ਫੋਨ ਕਰਕੇ ਕਹਿੰਦੇ। ਜੇ ਬੰਦਾ ਚੰਗਾ ਹੁੰਦਾ, ਜੇ ਇਹਨੂੰ ਅਸੀਂ ਬੋਲਦੇ, ਫਿਰ ਸਾਨੂੰ ਕਹਿੰਦੇ ਤੁਸੀਂ ਚੰਗੇ ਲੱਗਦੇ। ਪਰ ਅੱਜ ਜਦੋਂ ਤੁਸੀਂ ਇਸ ਬੰਦੇ ਦੇ ਨਾਲ ਰਲ ਕੇ ਸਾਨੂੰ ਧਮਕੀਆਂ ਦੇ ਰਹੇ ਹੋ, ਫਿਰ ਸਾਨੂੰ ਇਸ ਗੱਲ ਦਾ ਦੁੱਖ ਹੋਇਆ। ਹੁਣ ਆਹ ਵੇਖ ਲਾ ਵੀਰ, ਤੂੰ ਕਿਹਾ ਸੀ ਕਿ ਮੋਹਾਲੀ ਆਉਣਾ ਸਾਨੂੰ ਮਾਰਨ, ਜਿਹੜਾ ਵੀ ਬੰਦੇ ਨੇ ਫੋਨ ਕੀਤਾ ਸੀ ਤੇਰੇ ਆਪਣੇ ਨੇ, ਅਤੇ ਤੂੰ ਸਾਨੂੰ ਸਨੈਪਚੈਟ 'ਤੇ ਬੈਠਾ ਉੱਥੇ ਗਾਲਾਂ ਕੱਢ ਰਿਹਾ, ਅਤੇ ਤੇਰੇ ਇੱਥੇ ਬੱਦੋਵਾਲ ਸ਼ਹਿਰ ਲੁਧਿਆਣੇ ਦੇ ਵਿੱਚ ਆਏ ਆਪਣੇ ਕੰਮ ਕਾਰ ਛੱਡ ਕੇ, ਤੇਰੇ ਵਰਗੇ ਵਿਹਲੜ ਬੰਦੇ ਨੂੰ ਹੀ, ਕਿਉਂਕਿ ਆਪਾਂ ਇਹ ਚੀਜ਼ਾਂ ਨੂੰ ਲਾਇਕ ਨਹੀਂ ਕਰਦੇ ਟਾਈਮ ਪਾਉਣਾ ਜਾਂ ਕੁਝ। ਬਾਕੀ ਜਦੋਂ ਤੂੰ ਸਾਨੂੰ ਮੌਕੇ ਦੇ ਅੱਗੇ ਟੱਕਰੇਗਾ, ਉਦੋਂ ਆਪਾਂ ਆਪਣੇ ਆਪ ਵੇਖ ਲਾਂਗੇ ਹੀ ਕਰਨਾ ਕੀ। ਬਾਕੀ ਇਹ ਗੱਲ ਤੇਰੀ ਬੰਦਿਆਂ ਵਾਲੀ ਗੱਲ ਨਹੀਂ, ਸਾਡਾ ਕਿਸੇ ਵੀ ਵੀਰ ਨਾਲ ਵੈਰ ਵਿਰੋਧ ਨਹੀਂ, ਬਸ ਸਾਡਾ ਇਹਦੀ ਗਾਇਕੀ ਨਾਲ ਵੈਰ ਵਿਰੋਧ ਆ, ਜੋ ਇਹ ਗੰਦ ਬੋਲਦਾ ਹੈ, ਜੋ ਯੂਥ ਨੂੰ ਆਪਣੇ ਪਿੱਛੇ ਲਾ ਕੇ ਵਿਗਾੜ ਰਹੇ ਆ। ਸਾਡਾ ਸਿਰਫ ਉਸ ਬੰਦੇ ਨਾਲ ਵੈਰ ਵਿਰੋਧ, ਸਾਡਾ ਕਿਸੇ ਨਾਲ ਵੈਰ ਵਿਰੋਧ ਹੋਰ ਨਹੀਂ ਹੈਗਾ। ਅਤੇ ਹੁਣ ਇਹਨੇ ਫੋਨ ਕਰਕੇ ਸੱਦਿਆ ਆ, ਅਤੇ ਹੁਣ ਅਸੀਂ ਇੱਥੇ ਆਪਣੇ ਕੰਮ ਛੱਡ ਕੇ ਇੱਥੇ ਆਏ ਹਾਂ, ਅਤੇ ਹੁਣ ਜਿਹੜੇ ਇਹਦੇ ਬਦਮਾਸ਼ ਬਣੇ ਫਿਰਦੇ ਨੇ ਪੰਜਾਬ ਦੇ, ਕਹਿੰਦੇ ਕਿ ਅਸੀਂ ਗੈਂਗਸਟਰ ਹਾਂ, ਅਤੇ ਇੱਥੇ ਕੋਈ ਨਹੀਂ ਪਹੁੰਚਿਆ। ਫਿਰ ਕੋਈ ਨਹੀਂ ਕਿਸੇ ਕਰਕੇ ਮਰਦਾ, ਅਤੇ ਜਦੋਂ ਬਣਦੀ ਹੈ, ਹੱਥ ਪੈਰ ਵੀ ਸਾਰਿਆਂ ਦੇ ਨੇ, ਲੱਤਾਂ ਵੀ ਸਾਰਿਆਂ ਨੇ, ਇਸ ਧਰਤੀ ਦਾ ਜਨਮ ਲਿਆ ਹੈ, ਮਰਨਾ ਸਾਰਿਆਂ ਨੇ, ਅਤੇ ਚਲਾਉਣੀਆਂ ਵੀ ਸਾਰਿਆਂ ਨੂੰ ਆਉਂਦੀਆਂ। ਇਹ ਨਹੀਂ ਕਿ ਅਸੀਂ ਗੀਤਾਂ 'ਚ ਉਹਨਾਂ ਨੂੰ ਪ੍ਰਮੋਟ ਨਹੀਂ ਕਰਦੇ ਸਾਨੂੰ ਚਲਾਉਣੀਆਂ ਨਹੀਂ ਆਉਂਦੀਆਂ, ਕੁਛ ਵੇਲੇ ਤੁਹਾਨੂੰ ਜ਼ਿਆਦਾ ਚਲਾਉਣੀਆਂ ਆਉਂਦੀਆਂ ਹੋਣ, ਪਰ ਅਸੀਂ ਕਦੀ ਕਿਸੇ ਦੇ ਜੂਸ ਨੂੰ ਵਿਗਾੜਿਆ ਨਹੀਂ ਆ, ਅਤੇ ਕਿਸੇ ਧੀਆਂ ਦੇ ਪੁੱਤਾਂ ਨੂੰ ਨਸ਼ੇ 'ਤੇ ਨਹੀਂ ਲਾਇਆ। ਸੋ ਇਸ ਕਰਕੇ ਥੋੜ੍ਹੀ ਬਹੁਤੀ ਸ਼ਰਮ ਕਰੋ, ਅਤੇ ਸ਼ਰਮ ਹੈਗੀ ਆ ਅਤੇ ਨੱਕ ਟੋਕ ਕੇ ਮਰ ਜਾਓ। ਅਤੇ ਅੱਜ ਤੋਂ ਬਾਅਦ ਜਦੋਂ ਕੌਲ ਕਰਨੀ ਆ ਨਾ, ਅਤੇ ਕੌਲ ਉਦੋਂ ਕਰਿਓ ਕਿ ਜਦੋਂ ਮਿਲਣਾ ਆ, ਅਤੇ ਜਦੋਂ ਥੋੜ੍ਹੀ ਬਹੁਤੀ ਸ਼ਰਮ ਆ ਤਾਂ ਫਿਰ ਐਸੇ ਕੰਮ ਨਾ ਕਰਿਓ। ਆਪਣੇ ਮਾਪਿਆਂ ਦਾ ਖਿਆਲ ਕਰੋ, ਸਰਦਾਰਾਂ ਦੇ ਪੁੱਤ ਹੋ ਤੁਸੀਂ, ਅਤੇ ਉਹਨਾਂ ਦੀ ਥੋੜ੍ਹੀ ਬਹੁਤੀ ਇੱਜ਼ਤ ਰੱਖੋ, ਅਤੇ ਪੰਜਾਬ ਨੂੰ ਥੋੜ੍ਹਾ ਬਹੁਤਾ ਸਮਝੋ, ਕੁਝ ਦਓ। ਅੱਗੇ ਪੰਜਾਬ ਦਾ ਬੇੜਾ ਗਰਕ ਹੋਣ ਡਿਆ, ਕੁਝ ਨਹੀਂ ਰਹਿ ਗਿਆ। ਇਹ ਪੰਜਾਬ ਜੇ ਨਾ ਸੁਧਰਿਆ ਤਾਂ ਸਿਰਫ ਕਿਤਾਬਾਂ 'ਚ ਪੜ੍ਹਿਆ ਜਾਵੇਗਾ, ਤਸਵੀਰਾਂ 'ਚ ਵੇਖਿਆ ਜਾਵੇਗਾ। ਇਹ ਮੈਂ ਹਰ ਮੇਲੇ 'ਚ ਗੱਲ ਕਰਦਾ। ਸੋ ਜੇ ਥੋੜ੍ਹੀ ਬਹੁਤੀ ਸ਼ਰਮ ਹੈਗੀ ਆ, ਅਤੇ ਤੂੰ ਜਿਹੜੇ ਤੇਰੇ ਨਾਲ ਬੈਠੇ ਉੱਥੇ ਗਾਲਾਂ ਕੱਢਦੇ ਆ ਨਾ ਸਾਨੂੰ ਉੱਥੇ ਸਨੈਪਚੈਟਾਂ 'ਤੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ, ਅਤੇ ਪੁੱਤ ਜਿੱਦਣ ਟੱਕਰ ਗਏ ਨਾ, ਜਿਹੜੀਆਂ ਉਂਗਲਾਂ ਕਰਦੇ ਹੋ ਨਾ, ਉਹ ਉਂਗਲਾਂ ਵੱਢ ਕੇ ਤਾਂ ਮੈਂ ਉੱਥੇ ਦੇਣੀਆਂ ਨੇ, ਮੁੜ ਕੇ ਤੁਹਾਨੂੰ ਲੱਭਣੀਆਂ ਨਹੀਂ ਆ। ਇਹ ਗੱਲ ਮੇਰੀ ਯਾਦ ਰੱਖਿਓ। ਮੈਂ ਕਹਿਣ ਨੂੰ ਬੜਾ ਕੁਝ ਕਹਿ ਸਕਦਾ ਹਾਂ, ਪਰ ਮੈਂ ਲਾਈਵ ਦੇ ਵਿੱਚ ਇਹ ਲਾਈਵ ਮੇਰੀਆਂ ਧੀਆਂ ਨੇ ਵੀ ਵੇਖਣੀ ਆ, ਅਤੇ ਮੇਰੀ ਭੈਣਾਂ ਨੇ ਵੀ ਵੇਖਣੀ ਆ। ਸੋ ਇਸ ਕਰਕੇ ਸੋ ਇੱਕ ਗੱਲ ਮੈਂ ਵੀ ਕਹਿਣਾ ਚਾਹੁੰਦਾ ਹਾਂ, ਕਿਉਂਕਿ ਸਾਡੇ ਭਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ, ਅਤੇ ਇਹ ਵੀਰ ਜਿਹੜੇ ਬਾਹਰ ਕਨੇਡਾ 'ਚ ਬੈਠੇ ਨਸ਼ਾ ਪ੍ਰਮੋਟ ਕਰਦੇ, ਸਾਡੇ ਪੰਜਾਬ ਦਾ ਬੇੜਾ ਗਰਕ ਕਰ ਰਹੇ। ਪੰਜਾਬ ਦੇ ਹਾਲਾਤਾਂ ਨੂੰ ਤੁਸੀਂ ਵੇਖਿਆ ਕਿੱਦਾਂ ਦਾ ਮਾਹੌਲ ਖਰਾਬ ਕਰਦਾ। ਕਦੀ ਇਹਨਾਂ ਲੋਕਾਂ ਨੇ ਸਾਡੇ ਪੰਜਾਬ ਦਾ ਭਲਾ ਨਹੀਂ ਸੋਚਿਆ। ਇਹਨਾਂ ਲੋਕਾਂ ਨੂੰ ਮੈਂ ਰਿਕੁਐਸਟ ਕਰਦਾ ਵੀਰਾਂ ਨੂੰ ਵੀ ਨਾ ਐਲੀ ਮੰਗਣ ਵਰਗਿਆਂ ਨੂੰ ਪ੍ਰਮੋਟ ਕਰੋ। ਅਤੇ ਐਲੀ ਮੰਗੜ ਮੈਂ ਤੈਨੂੰ ਦੱਸ ਦੇਣਾ ਚਾਹੁੰਦਾ, ਜਦੋਂ ਪੁਲਿਸ ਨਾਲ ਵੇਖਣਾ, ਪੈਸੇ ਨਾਲ ਵੇਖਣਾ, ਮੁੰਡਿਆਂ ਨਾਲ ਵੇਖਣਾ, ਅਤੇ ਜੇ ਤੂੰ ਖਾਸ ਕਰਕੇ ਗਾਇਕੀ ਨਾਲ ਵੇਖਣਾ ਤਾਂ ਸਟੇਜ 'ਤੇ ਜਦੋਂ ਮਰਜ਼ੀ ਆਣ ਕੇ ਭਰਾਵਾਂ ਨਾਲ ਵੇਖ ਸਕਦਾ, ਕਿਉਂਕਿ ਇਹਨਾਂ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਹੈ। ਤੂੰ ਆਪਣੀ ਪਬਲਿਸਿਟੀ ਦੇ ਲਈ ਕੁਛ ਵੀ ਕਰਦਾ ਰਹਿੰਦਾ, ਸਾਰਿਆਂ ਨੂੰ ਪਤਾ, ਅਤੇ ਸਾਰਾ ਪੰਜਾਬ ਭਰਾਵਾਂ ਦੇ ਨਾਲ ਹੈ, ਕਿਉਂਕਿ ਚੰਗੇ ਕੰਮ ਨੂੰ ਹਰ ਬੰਦਾ ਸਪੋਰਟ ਕਰਦਾ। ਬੁਰੇ ਕੰਮ ਦੇ ਨਾਲ ਦੋ ਚਾਰ ਬੰਦੇ ਸਾਥ ਦੇਣ ਵਾਲੇ ਹੁੰਦੇ ਆ, ਉਹ ਜ਼ਿਆਦਾ ਟਾਈਮ ਸਾਥ ਨਹੀਂ ਦਿੰਦੇ। ਸੋ ਅਸੀਂ ਸਾਰੇ ਨਾਲ ਆ, ਪੰਜਾਬ ਸਾਰਾ ਨਾਲ ਆ, ਪੰਜਾਬੀ ਇੰਡਸਟਰੀ ਦੇ ਚੰਗੇ ਗਾਉਣ ਵਾਲੇ ਸਾਰੇ
ਕਿਸੇ ਤਰ੍ਹਾਂ ਦੀ ਵੀ ਲੋੜ ਆ ਅਸੀਂ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਸਾਡਾ ਪੰਜਾਬ ਖੜਾ ਕਿਉਂਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਿਆਂ ਦੇ ਨਾਲ ਅਸੀਂ ਮਰਨ ਲਈ ਵੀ ਤਿਆਰ ਹਾਂ ਸੱਚਾਈ ਲਈ ਸ਼ਹਾਦਤ ਕਰਨੀ ਇਹ ਕਿਸੇ ਕਰਮਾਂ ਭਾਗਾਂ ਵਾਲੇ ਦੇ ਹਿੱਸੇ ਆਉਂਦੀ ਆ ਅਤੇ ਜਿਹੜੇ ਮੇਰੇ ਵੀਰ ਉਹਨਾਂ ਨੂੰ ਪ੍ਰਮੋਟ ਕਰਦੇ ਆ ਯਾਰੀਆਂ ਪਕਾਉਣ ਲਈ ਫੋਨ ਕਰਦੇ ਆ ਅਤੇ ਤੁਸੀਂ ਵੀ ਸਾਡੇ ਵਰਗੇ ਭਰਾ ਜੇ ਕੁਛ ਇੰਨਾ ਸੋਚਿਓ ਕਿ ਆਪਾਂ ਚੰਗੀ ਗੱਲ ਨੂੰ ਜ਼ਰੂਰ ਪ੍ਰਮੋਟ ਕਰੀਏ ਮਾੜੇ ਕੰਮ ਦੀ ਸਪੋਰਟ ਕਰਨ ਵਾਲੇ ਨੂੰ ਪਰਮਾਤਮਾ ਵੀ ਕਦੀ ਮਾਫ਼ ਨਹੀਂ ਕਰਦਾ ਸੋ ਵੀਰੋ ਇੰਨਾ ਕਹਿੰਦੇ ਆ ਤੁਹਾਨੂੰ ਧੰਨਵਾਦ।